ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਆਂ ਬੇਟਾ ਇਹ ਬੜੀ ਖਾਸ ਹੈ ਵੀਡੀਓ ਤੇ ਇਸ ਵੀਡੀਓ ਨੂੰ ਮੈਂ ਤੁਹਾਨੂੰ ਜਰੂਰ ਕਹੂੰਗਾ ਕਿ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਨੀ ਆ ਤਾਂ ਜੋ ਪੰਜਾਬ ਸਰਕਾਰ ਤੱਕ ਆਪਣੀ ਇਹ ਇੱਕ ਅਪੀਲ ਹੈ ਇੱਕ ਰਿਕਵੈਸਟ ਹੈ ਜਿਹੜੀ ਪਹੁੰਚ ਸਕੇ ਤੇ ਉਹ ਸਭ ਬੱਚਿਆਂ ਦਾ ਭਲਾ ਹੋ ਸਕੇ ਜਿਨ੍ਹਾਂ ਨੇ ETT ਕਰ ਰੱਖੀ ਹੈ ਇਹ ਇਹ ਮੁੱਦਾ ਚੱਕਣਾ ਬਹੁਤ ਖਾਸ ਸੀਗਾ ਕਿਉਂਕਿ ਹ ਹੁਣ ਪਿੱਛੇ ਜੇ ਆਪਣੀਆਂ ਪੋਸਟਾਂ ਆਈਆਂ ਹੋਣਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਰਾਜੇ ਏਡਟੀਟੀ ਦੀਆਂ ਤੇ ਉਹਦੇ ਰਿਲੇਟਿਡ ਇੱਕ ਪ੍ਰੋਬਲਮ ਆ ਰਹੀ ਹੈ ਜਿਹੜੀ ਕਿ ਹਰ ਇੱਕ ਸਟੂਡੈਂਟ ਨੂੰ ਫੇਸ ਕਰਨੀ ਪੈ ਰਹੀ ਹੈ ਤੇ ਇਹਦੇ ਬਾਰੇ ਆਪਾਂ ਪੰਜਾਬ ਸਰਕਾਰ ਨੂੰ ਆਪਾਂ ਵੇਅਰ ਕਰਨਾ ਤੇ ਅਪੀਲ ਵੀ ਕਰਨੀ ਹੈ ਕਿ ਉਹ ਪ੍ਰੋਬਲਮ ਨੂੰ ਦੂਰ ਕੀਤਾ ਜਾਵੇ ਤਾਂ ਜੋ ਹਰ ਇੱਕ ਸਟੂਡੈਂਟ ਇਸ ਪੋਸਟ ਵਾਸਤੇ एलिਜੀਬਲ ਹੋ ਸਕੇ ਤੇ ਮੁੱਦਾ ਇਹ ਹੈ ਰਾਜੇ ਕਿ ਆਪਣੇ ਬਹੁਤ ਹੀ ਪਿਆਰੇ ਸਟੂਡੈਂਟ ਨੇ ਤੇ ETT ਜਿਹੜੇ ਪਾਸ ਕੀਤੇ ਹੋਏ ਕਾਫੀ ਜ਼ਾਰੇ ਸਟੂਡੈਂਟ ਨੇ ਜਿਨ੍ਹਾਂ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਉਹਨਾਂ ਦੀ ਮਤਲਬ ਰਿਕਵੈਸਟ ਤੇ ਹੀ ਆਪਾਂ ਕੀ ਇੱਕ ਵੀਡੀਓ ਬਣਾ ਰਹੇ ਆ ਤਾਂ ਜੋ ਇਹ ਛੋਟੀ ਜੀ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਆਪਣੀ ਗੱਲ ਸਰਕਾਰ ਅੱਗੇ ਰੱਖ ਸਕੀਏ ਤੇ ਆਪਣੇ ਸਾਰੇ ਉਹਨਾਂ ਯਾਰਾਂ ਦੋਸਤਾਂ ਮਿੱਤਰਾਂ ਸਟੂਡੈਂਟਸ ਦਾ ਭੈਣ ਭਰਾਵਾਂ ਦਾ ਕੀ ਹੋ ਸਕੇ ਫਾਇਦਾ ਹੋ ਸਕੇ ਜਿਨ੍ਹਾਂ ਨੇ ETT ਪਾਸ ਕੀਤੀ ਹੈ ਤਾਂ ਸਟਾਰਟ ਕਰਦੇ ਆਂ ਬੇਟਾ ਅੱਜ ਦੀ ਵੀਡੀਓ ਬੜੀ ਖਾਸ ਰਹਿਣ ਵਾਲੀ ਆ ਪਲੀਜ਼ ਇਹਨੂੰ ਧਿਆਨ ਦੇ ਨਾਲ ਜ਼ਰੂਰ ਦੇਖਿਓ 5-7 ਮਿੰਟ ਕੱਢ ਕੇ ਜਿਆਦਾ ਲੰਬੀ ਵੀਡੀਓ ਨਹੀਂ ਹੈਗੀ 5-7 ਮਿੰਟ ਦੀ ਵੀਡੀਓ ਹੈ ਤਾਂ ਇਹਨੂੰ ਸ਼ੇਅਰ ਕਰਨ ਦਾ ਆਪਣਾ ਫਰਜ਼ ਸਮਝਦੇ ਹੋਏ ਬੇਟੇ ਵੱਤ ਵਾਤ ਸ਼ੇਅਰ ਕਰਨੀ ਹੈ ਜੇ ਤੁਸੀਂ ਦਿਲ ਤੋਂ ਮੇਰੇ ਜਾਂ ਮੇਰੇ ਚੈਨਲ ਦੀ ਰਿਸਪੈਕਟ ਕਰਦੇ ਹੋ ਕਿਉਂਕਿ ਤੁਹਾਨੂੰ ਮੈਂ ਆਲਵੇਜ਼ ਕਹਿਣਾ ਹੁੰਨਾ ਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤਾਂ ਜ਼ਰੂਰ ਇਹਨੂੰ ਸ਼ੇਅਰ ਕਰਨਾ ਤਾਂ ਜੋ ਪੰਜਾਬ ਸਰਕਾਰ ਤੱਕ ਆਪਣੀ ਇਹ ਗੱਲ ਪਹੁੰਚ ਸਕੇ ਗੱਲ ਦੱਸਦੇ ਆ ਅੱਜ ਮੁੱਦਾ ਹੈ ਕਿ ਐ ਪਿੱਛੇ ਹੁਣੇ ਜੇ ਹਾਲੀ ਦੇ ਵਿੱਚ ਕੀ ਹੈ ਸਰਕਾਰ ਨੇ ਇੱਕ ਪੋਸਟਾਂ ਗੱਡੀਆਂ ਨੇ 6635 ਪੋਸਟਾਂ ਗੱਡੀਆਂ ਬੇਟਾ ਕਿਹੜੀਆਂ ਏਟੀਟੀ ਦੀਆਂ ਗੱਡੀਆਂ ਨੇ ਜਿਹੜਾ ਕਿ ਆਪਾਂ ਇਹ ਮੰਨਦੇ ਆ ਕਿ ਬਹੁਤ ਵਧੀਆ ਸਲਾਘਾਯੋਗ ਕਦਮ ਹੈ ਪੰਜਾਬ ਸਰਕਾਰ ਦਾ ਜਿਹੜਾ ਕਿ ਘਰ-ਘਰ ਰੋਜ਼ਗਾਰ ਨੌਕਰੀ ਦੇਣ ਦੇ ਅਧੀਨ ਉਹਨਾਂ ਨੇ ਕੀ ਕੀਤਾ ਹੋਇਆ ਇੱਕ ਕੰਮ ਸਟਾਰਟ ਕੀਤਾ ਹੋਇਆ ਪੋਸਟਾਂ ਕੱਢਣ ਦਾ ਤੇ 635 ਪੋਸਟਾਂ ਥੋੜੀਆਂ ਨਹੀਂ ਹੁੰਦੀਆਂ ਗਿਆ ਬਹੁਤ ਵਧੀਆ ਪੋਸਟਾਂ ਨੇ ਇਹਦੇ ਨਾਲ ਬਹੁਤ ਸਾਰੇ ਘਰਾਂ ਦੇ ਠੀਕ ਹੈ ਰੋਜ਼ਗਾਰ ਚੱਲੂਗਾ ਰੋਜ਼ਗਾਰ ਮਿਲੂਗਾ ਬੱਚਿਆਂ ਨੂੰ ਤੇ ਉਹਨਾਂ ਦਾ ਘਰ ਘਰ ਚੱਲੂਗਾ ਐ ਕਹਿ ਲੋ ਘਰ ਦਾ ਗੁਜ਼ਾਰਾ ਚੱਲੂਗਾ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਇਸ ਟਾਈਮ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗੀ ਆ ਪੰਜਾਬ ਦੇ ਵਿੱਚ ਤੇ ਇਹ ਪੋਸਟਾਂ ਦੇ ਮਾਧਿਅਮ ਦੇ ਰਾਹੀਂ ਕੀ ਹੈ ਬੱਚੇ ਆਪਣੀ ਨੌਕਰੀ ਪ੍ਰਾਪਤ ਕਰ ਸਕਣਗੇ ਇਹ ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ ਸਰਕਾਰ ਦਾ ਬਟ ਇਸ ਪੋਸਟਾਂ ਵਾਸਤੇ ਜਿਹੜੀ ਸਰਕਾਰ ਨੇ ਐਲੀਜੀਬਿਲਟੀ ਰੱਖੀ ਹੈ ਰਾਜੇ ਉਕੀ ਰੱਖੀ ਆ ਈਟੀਟੀ ਤਾਂ ਹੋਣੀ ਜ਼ਰੂਰੀ ਆ ਬਟ ਉਹਦੇ ਨਾਲ ਕੀ ਰੱਖਤਾ ਇੱਕ ਪੀਟੈਟ ਦਾ ਪਾਸ ਹੋਣਾ ਜ਼ਰੂਰੀ ਆ ਪੀਟੈਟ ਪਾਸ ਹੋਣਾ ਜ਼ਰੂਰੀ ਹੈ ਤਾਂ ਚਲੋ ਕੋਈ ਚੱਕਰ ਨਹੀਂ ਹੈਗਾ ਪੀਟੈਟ ਵੀ ਬੱਚੇ ਪਾਸ ਕਰ ਲੈਣਗੇ ਜਿਨ੍ਹਾਂ ਨੇ ਈਟੀਟੀ ਕੀਤੀ ਹੋਈ ਆ ਪਰ ਪ੍ਰੋਬਲਮ ਇਜ਼ 댓 ਕੀ ਪ੍ਰੋਬਲਮ ਹੁਣ ਇਹ ਆ ਆ ਰਹੀ ਹੈ ਕਿ ਪਿਛਲੇ 3 ਸਾਲ ਤੋਂ ਪਿਛਲੇ 3 ਸਾਲ ਤੋਂ 2019 20 ਤੇ 21 3 ਸਾਲ ਜਿਹੜੇ ਪਿਛਲੇ ਗਏ ਆ ਰਾਜੇ ਕੋਰੋਨਾ ਕਰਕੇ 2019 ਹੋ ਗਿਆ 20 ਹੋ ਗਿਆ ਤੇ 21 ਹੋ ਗਿਆ ਇਨ੍ਹਾਂ ਤਿੰਨਾਂ ਸਾਲਾਂ ਦੇ ਵਿੱਚ ਪੀਟੈਟ ਨਹੀਂ ਹੋਇਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੀਟੈਟ ਲਿਆ ਹੀ ਨਹੀਂ ਗਿਆ ਜਦਕਿ ਪੰਜਾਬ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਹਰ ਇੱਕ ਸਾਲ ਉਹ ਪੀਟੈਟ ਦਾ ਟੈਸਟ ਲਿਆ ਕਰਨਗੇ ਹੁਣ ਜਿਹੜੇ ਬੱਚੇ ਨੇ 2019 ਜਾਂ 20 ਜਾਂ 21 ਦੇ ਵਿੱਚ ਈਟੀਟੀ ਕੀਤੀ ਹੈ ਤਾਂ ਉਹ ਬੱਚੇ ਦਾ ਪੀਟੈਟ ਹਜੇ ਤੱਕ ਹੋਇਆ ਨਹੀਂ ਤਾਂ ਉਹ ਇਸ ਪੋਸਟਾਂ ਤੋਂ ਕੀ ਹੋ ਜੂਗਾ ਰਾਜੇ ਉਹ ਇਸ ਪੋਸਟਾਂ ਤੋਂ ਵਾਂਝਾ ਰਹਿ ਜੂਗਾ ਉਹ ਇਹਨੂੰ ਅਪਲਾਈ ਨਹੀਂ ਹੀ ਕਰ ਪਾਊਗਾ ਕਹਿਣ ਦਾ ਭਾਵ ਕਿ ਉਹ ਕੰਪੀਟੀਸ਼ਨ ਦੇ ਵਿੱਚ ਬੈਠਣ ਤੋਂ ਪਹਿਲਾਂ ਹੀ ਕੀ ਹੋ ਗਿਆ ਕੰਪੀਟੀਸ਼ਨ ਤੋਂ ਬਾਹਰ ਹੋ ਗਿਆ ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਕਿ ਉਹ ਫੇਲ ਹੋ ਗਿਆ ਜਿਹੜਾ ਕਿ ਸਰਾਸਰ ਇੱਕ ਬਹੁਤ ਵੱਡਾ ਧੱਕਾ ਹੈ ਉਸ ਬੱਚਿਆਂ ਦੇ ਨਾਲ ਜਿਨ੍ਹਾਂ ਨੇ ETT ਕੀਤੀ ਹੈ 2019 ਜਾਂ 20 ਜਾਂ 21 ਦੇ ਵਿੱਚ ਤੇ ਇਹਹੀ ਮੁੱਦਾ ਚੱਕਿਆ ਆਪਾਂ ਸਰਕਾਰ ਅੱਗੇ ਆਪਾਂ ਅਪੀਲ ਕਰਦੇ ਆਂ ਕਿ ਅਸੀਂ ਇਹ ਨਹੀਂ ਕਹਿੰਦੇ ਕਿ PETT ਦਾ ਜਿਹੜਾ ਟੈਸਟ ਹੈਗਾ ਨਹੀਂ ਹੋਣਾ ਚਾਹੀਦਾ ਜਾਂ ਇਹ ਲਾਜ਼ਮੀ ਨਾ ਕਰੋ ਅਸੀਂ ਕਹਿੰਨੇ ਆਂ ਕਿ PETT ਦਾ ਟੈਸਟ ਤੁਸੀਂ ਲਓ ਸਾਡੀ ਅਪੀਲ ਕੀ ਹੈ ਕਿ ਤੁਸੀਂ PETT ਦਾ ਟੈਸਟ ਲਓ ਤੇ ਲੈ ਕੇ ਜਿਹੜੇ ਬੱਚੇ एलिजिਬਲ ਹੁੰਦੇ ਆ ਜਿਹੜੇ ਬੱਚੇ PETT ਦਾ ਟੈਸਟ ਪਾਸ ਕਰਦੇ ਆ ਉਹ ਕੀ ਕਰ ਸਕਣ ਆਪਣੀ ਪੋਸਟ ਭਰ ਸਕਣ ਬਸ ਸਾਡੀ ਇਹੀ ਗੁਜਾਰਿਸ਼ ਹੈ ਸਰਕਾਰ ਅੱਗੇ ਕਿ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ 2019 ਜਾਂ 20 ਜਾਂ 21 ਦੇ ਵਿੱਚ ਈਟੀਟੀ ਕੀਤੀ ਹੈ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕੈਪਟਨ ਕੈਪਟਨ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਜਿਹੜਾ ਪੀਟੈਟ ਦਾ ਟੈਸਟ ਹੈ ਵਾਦ ਤੋਂ ਵਾਦ ਜਲਦੀ ਤੋਂ ਜਲਦੀ ਲਿਆ ਜਾਵੇ ਠੀਕ ਹੈ ਤਾਂ ਜੋ ਇਹ ਸਾਰੇ ਬੱਚੇ ਕੀ ਕਰ ਸਕਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਣ ਇਹਨਾਂ ਵਾਸਤੇ ਐਲੀਜੀਬਲ ਹੋ ਸਕਣ ਠੀਕ ਹੈ ਜੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬੱਚੇ ਜਿੰਨੇ ਵੀ ਆਪਣੇ ਚੈਨਲ ਦੇ ਨਾਲ ਜੁੜੇ ਹੋ ਜਾਂ ਅੱਗੇ ਜਿੰਨੇ ਵੀ ਬੱਚੇ ਹੈਗੇ ਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਸ਼ੇਅਰ ਕਰਕੇ ਆਪਣਾ ਮਕਸਦ ਕੁਝ ਨਹੀਂ ਹੈਗਾ ਬਸ ਆਪਣਾ ਮਕਸਦ ਇਹੀ ਹੈ ਕਿ ਆਪਾਂ ਆਪਦੀ ਗੱਲ ਸਰਕਾਰ ਅੱਗੇ ਰੱਖ ਸਕੀਏ ਜਿਹੜੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਤਾਂ ਤੁਹਾਨੂੰ ਸਾਰਿਆਂ ਨੂੰ ਲੱਗ ਹੀ ਰਿਹਾ ਹੋਊਗਾ ਰਾਜ ਇੱਕ ਜੈਨੂਇਨ ਪ੍ਰੋਬਲਮ ਹੈ ਇੱਕ ਸਟੂਡੈਂਟ ਦੇ ਨਾਲ ਤੱਕਾ ਤੱਕਾ ਹੋਣ ਵਾਲੀ ਗੱਲ ਹੈ ਇਹ ਜਿਨ੍ਹਾਂ ਨੇ 19 20 ਜਾਂ 21 ਦੇ ਵਿੱਚ UTT ਕੀਤੀ ਹੈ ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾਗਾ ਕਿਉਂਕਿ ਜੇ ਪੀਟੈਟ ਹੋਇਆ ਹੁੰਦਾ ਹੋਣ ਤੋਂ ਬਾਅਦ ਅਗਰ ਉਹ ਪਾਸ ਨਾ ਕਰਦੇ ਫਿਰ ਤਾਂ ਆਪਾਂ ਕਹਿੰਦੇ ਬਟ ਟੈਸਟ ਹੀ ਨਹੀਂ ਹੋਇਆ ਹਜੇ ਤੱਕ ਤਾਂ ਆਪਾਂ ਗੁਜਾਰਿਸ਼ ਕਰਦੇ ਆਂ ਸਰਕਾਰ ਨੂੰ ਕਿ ਪੀਟੈਟ ਦਾ ਟੈਸਟ ਲਿਆ ਜਾਵੇ ਤਾਂ ਜੋ ਇਹ ਟੈਸਟ ਜਲਦੀ ਜਲਦੀ ਕੰਡਕਟ ਕਰਵਾਇਆ ਜਾਵੇ ਤਾਂ ਟੈਸਟ ਦੇ ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਵੱਲੋਂ ਜਾਂ ਸਟੂਡੈਂਟਸ ਵੱਲੋਂ ਕੀ ਹੈ ਇਹ ਪੋਸਟ ਨੂੰ ਅਪਲਾਈ ਕੀਤਾ ਜਾ ਸਕੇ ਤਾਂ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਰਾਜੇ ਤੁਸੀਂ ਮੈਨੂੰ ਟਾਈਮ ਦਿੱਤਾ ਤੁਸੀਂ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਗਰੁੱਪ ਹੈਗੇ ਆ ਜਿੰਨੇ ਵੀ ਗਰੁੱਪਾਂ ਦੇ ਵਿੱਚ ਤੁਸੀਂ ਐਡ ਹੈਗੇ ਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕੈਪਟਨ ਸਾਹਿਬ ਤੱਕ ਆਪਣੀ ਗੱਲ ਪਹੁੰਚ ਸਕੇ ਤੇ ਪੀ ਟੈਟ ਦਾ ਜਲਦੀ ਤੋਂ ਜਲਦੀ ਕੀ ਲਿਆ ਸਕੇ ਲਿਆ ਜਾ ਤੱਕੇ ਐਗਜ਼ਾਮ ਲਿਆ ਜਾ ਸਕੇ ਤਾਂ ਸ਼ੁਕਰੀਆ ਜੀ ਧੰਨਵਾਦ ਸਰਬਤ ਦਾ ਭਲਾ ਬਾਬਾ ਮਿਹਰ ਕਰੇ